इश्क की कायनात में नाज़े, इश्क की कायनात में नाज़े, इश्क की कायनात ਅੱਜ ਦਾ ਮੇਲਾ 25 ਜੁਲਾਈ ਦਿਨ ਮੰਗਲਵਾਰ ਬਾਬਾ ਜੀ ਦੀ ਕਿਰਪਾ ਦੇ ਨਾਲ ਪਿੰਡ ਖਨੌੜੇ ਵਿੱਚ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਪੂਰੀ ਸੰਗਤ ਦਾ ਸਹਿਯੋਗ, ਪੂਰਾ ਨਗਰ ਦਾ ਸਹਿਯੋਗ, ਪੂਰੇ NIC ਦਾ ਸਹਿਯੋਗ, ਹੋਰ ਮੇਰੇ ਜਿਹੜੇ ਸਾਹ ਸੰਗਤ ਦੂਰੋਂ ਚੱਲ ਗਿਆ ਜੀ, ਸਾਰਿਆਂ ਦਾ ਸਹਿਯੋਗ ਮਿਲਿਆ। ਮਾਲਕ ਨੇ, ਸੱਚੇ ਪਾਤਸ਼ਾਹ ਨੇ ਹਰ ਤਰ੍ਹਾਂ ਇਹ ਮੇਲਾ ਬੜੀ ਧੂਮਧਾਮ ਨਾਲ ਮਨਾਇਆ। ਅਸੀਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਪ੍ਰੈਸ ਵਾਲੇ ਵੀਰਾਂ ਦਾ, ਆਪਣੇ ਲਾਈਵ ਵਾਲੇ ਵੀਰਾਂ, DJ ਵਾਲੇ ਵੀਰਾਂ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤਿੰਨ ਦਿਨ ਸਲਾਨਾ ਉਸ ਸਾਰੀ ਸੰਗਤ ਵੱਲੋਂ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਮੇਲੇ ਦੇ ਵਿੱਚ ਵੱਖ ਵੱਖ ਦਰਬਾਰਾਂ ਤੋਂ ਆਏ ਫਕੀਰ ਮਜੀਬ ਜਿਨ੍ਹਾਂ ਨੂੰ ਪਹੁੰਚ ਕਰਕੇ ਹਾਜ਼ਰੀਆਂ ਭਰੀਆਂ। ਸੋ ਬਹੁਤ ਬਹੁਤ ਸਾਰੇ ਹੀ ਮਹਾਂਪੁਰਸ਼ਾਂ ਦਾ ਤੇ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸਾਰੀ ਇਹ ਮੇਲਾ ਪਿੰਡ ਖਨੌੜੇ ਦਰਬਾਰ ਬਾਬਾ ਲਾਭੇ ਸ਼ਾਹ ਈਦਗਾਹ ਹਰੇਕ ਸਾਲ 8, 9, 10, 11 ਨੂੰ ਹੁੰਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਮੇਲੇ ਝੁੰਮਾ ਮਾਰ ਕੇ ਪਹੁੰਚਿਆ ਕਰੋ। ਸੋ ਜਿਹੜੀਆਂ ਸੰਗਤਾਂ ਮੇਲੇ ਵਿੱਚ ਪਹੁੰਚੀਆਂ, ਸੋ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜਗਾਰਾ ਪੀਰ ਬਾਬਾ ਲਾਭੇ ਸ਼ਾਹ ਜੀ ਦਾ ਬਹੁਤ ਸਾਰੇ ਦਰਬਾਰ ਕੀ ਜੈ।